ਵਾਂਦਾ ਸੀ ਵਾਂਦਾ ਜੀ ਕੀ ਤੁਹਾਨੂੰ ਕਰਦੇ ਸੀ ਕਿਸ ਤਰ੍ਹਾਂ ਵੇਚਦੇ ਸੀ ਕਿੰਨੇ ਦਾ ਲਿਆਉਂਦੇ ਸੀ ਪੂਰੀ ਗੱਲ ਦੱਸੋ ਪਰ ਯੂਪੀ ਤੋਂ ਲਾਇਆ ਸੀ ਦੋ ਇਸ ਲੜਕੇ ਕੋ ਦਵਾ ਕੇ ਲਾਲੀ ਨੂੰ ਇਹਨੂੰ ਦੋ ਦਵਾਏ ਤੇ ਇੱਕ ਮੈਂ ਲਾਇਆ ਤਾ ਜੋ ਆਕਾਸ਼ ਕੋ ਦਿਆ ਸਰ ਮੈਨੇ ਬਸ ਹੋਰ ਨਹੀਂ ਸਰ ਕੁਛ ਲੋਕਾਂ ਦਾ ਤੁਹਾਡੇ 'ਚ ਬਹੁਤ ਵਿਸ਼ਵਾਸ ਸੀ ਤੁਹਾਨੂੰ ਪੂਜਦੇ ਸੀ ਪੈਰੀ ਹੱਥ ਲਾਉਂਦੇ ਸੀ ਪਰ ਤੁਸੀਂ ਇਹੋ ਜਿਹੇ ਕੰਮ ਕਰਦੇ ਸੀ ਤੁਹਾਨੂੰ ਹੁਣ ਪਛਤਾਵਾ ਨਹੀਂ ਕੋਈ ਇਸ ਗੱਲ ਦਾ ਹੁਣ ਤਾਂ ਵੀ ਮੂੰਹ ਦਿਖਾਉਣੇ ਲੈਕਿਨ ਸਰ ਗਲਤੀ ਹੋ ਗਈ ਔਰ ਹਮਨੇ ਭਗਵਾਨ ਕੋ ਧੋਖਾ ਦਿਆ ਤਾਂ ਵੀ ਹਮਾਰੇ ਸਾਥ ਨਾ ਇਨਸਾਫੀ ਹੋਈ ਜੋ ਇਨਸਾਫ ਕਰਾਏ ਹਮਾਰੇ ਸਾਥ ਮੇਰੇ ਜੋ ਮੁਲਾਜ਼ਮੋ ਨੇ ਉਹਨਾਂ ਨੇ ਪਕੜ ਕੇ ਜੋ ਹਮਕੋ ਡੰਡ ਮਿਲਣਾ ਚਾਹੀਏ ਸਰ ਹਮ ਡੰਡ ਕੇ ਭਾਗੀ ਹੈ ਇਤਨਾ ਆਪਸੇ ਹੱਥ ਜੋੜ ਕੇ ਹਮ ਇਹ ਕਹਿ ਸਕਦੇ ਹਮ ਡੰਡ ਕੇ ਅਪਰਾਧੀ ਹੈ ਡੰਡ ਕੇ ਭਾਗੀ ਹੈ ਜੋ ਹਮਨੇ ਇਹ ਪਹਿਲਾ ਜੁਰਮ ਕੀਆ ਹੈ ਬਸ ਸਰ ਇਸੇ ਨਾਲ ਕੁਛ ਨਹੀਂ ਕਹਿਣਾ ਚਾਹੀਦਾ ਦੋ ਜਿਹੜੇ ਭਗਵਾਨ ਦਾਸ ਅਤੇ ਲੇਖਰਾਜ ਜੋ ਮਥ ਜਿਹੜਾ ਜਿਨ੍ਹਾਂ ਦਾ ਪਿਛੋਕੜ ਮਥੁਰਾ ਦੇ ਰਹਿਣ ਵਾਲੇ ਹੈ ਬਤੌਰ ਪੰਡਿਤ ਸੰਗਰੂਰ ਜ਼ਿਲ੍ਹੇ ਦੇ ਵੱਖ ਵੱਖ ਸੁਨਾਮ ਖਡਿਆਲ ਅਤੇ ਹੋਰ ਜਿਹੜੇ ਮੰਦਰਾਂ ਦੇ ਵਿੱਚ ਬਤੌਰ ਪੁਜਾਰੀ ਕੰਮ ਕਰਦੇ ਹੈ ਉਹਨਾਂ ਨੂੰ ਅਸੀਂ ਫੜਿਆ ਅਤੇ ਉਹਦੇ ਵਿੱਚੋਂ ਫੇਕ ਨੰਬਰ ਲਾ ਕੇ ਉਹ ਜਾ ਰਹੇ ਸੀਗੇ ਅਤੇ ਉਹਨਾਂ ਦੇ ਕੋਲੋਂ ਦੋ ਸਾਨੂੰ ਪਿਸਤੌਲ ਰਿਕਵਰ ਹੋਏ ਨਾਲ ਉਹਨਾਂ ਦੇ ਕਾਟਰੇਜ ਰਿਕਵਰ ਹੋਏ ਅਤੇ ਉਹਨਾਂ ਦੀ ਅੱਗੇ ਪੁੱਛ ਪੜਤਾਲ ਦੇ ਵਿੱਚ ਇੱਕ ਹੋਰ ਆਦਮੀ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ ਜਿਹਦੇ ਤੋਂ ਇੱਕ ਪਿਸਤੌਲ ਰਿਕਵਰ ਹੋਇਆ ਇਹਨਾਂ ਦੀ ਜਿਹੜੀ ਹੁਣ ਤੱਕ ਦੀ ਕੀਤੀ ਪੜਤਾਲ ਤੋਂ ਇਹ ਆਇਆ ਵੀ ਇਹ 2009 ਤੋਂ ਸੰਗਰੂਰ ਜ਼ਿਲ੍ਹੇ ਦੇ ਵੱਖ ਵੱਖ ਮੰਦਰਾਂ ਦੇ ਵਿੱਚ ਜਿਹੜਾ ਬਤੌਰ ਪੁਜਾਰੀ ਦਾ ਕੰਮ ਕਰ ਰਹੇ ਸੀ ਅਤੇ ਇਹਨਾਂ ਨੇ ਹੁਣ ਤੱਕ ਜਿਹੜੇ ਦੋ ਵੈਪਨ ਇਹਨਾਂ ਤੋਂ ਫੜੇ ਗਏ ਆ ਇਸ ਤੋਂ ਇਲਾਵਾ 6 ਵੈਪਨ ਆ ਜਿਹੜੇ ਸਾਨੂੰ ਇਹਦੇ 'ਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਜਿਹੜੇ ਹੁਣ ਮੁੱਢਲੀ ਪੁੱਛ ਪੜਤਾਲ 'ਤੇ ਦੱਸਿਆ ਕਿ ਇਹਨਾਂ ਨੇ ਲਿਆ ਕੇ ਦਿੱਤੇ ਸੀ ਇਹ ਪਿਸਤੌਲ ਦੇ ਵਿੱਚ ਪ੍ਰੋਫਿਟ ਲੈਂਦੇ ਸੀ ਜਿਵੇਂ ਇਹਨਾਂ ਨੇ 3500 ਤੋਂ ਲੈ ਕੇ ਅਤੇ 15000 ਤੱਕ ਦਾ ਇਹਨਾਂ ਨੇ ਜਿਹੜਾ ਵੈਪਨ ਵੇਚਿਆ ਅਸੀਂ ਇਹ ਕਿਉਂਕਿ ਮੁੱਢਲੀ ਪੁੱਛ ਗਿੱਛ ਹੈ ਅਸੀਂ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਾਂਗੇ ਅਤੇ ਅੱਗੇ ਰਿਮਾਂਡ ਲਵਾਂਗੇ ਕਿਉਂਕਿ ਸਾਡੇ ਲਈ ਵੀ ਇਹ ਇੱਕ ਡਿਫਰੈਂਟ ਟਾਈਪ ਦਾ ਕੇਸ ਸੀ ਕਿਉਂਕਿ ਜਿਹਦੇ ਵਿੱਚ ਆਸਥਾ ਹੋਵੇ ਲੋਕਾਂ ਦੀ ਅਤੇ ਧਾਰਮਿਕ ਥਾਂ ਦੇ ਵਿੱਚ ਪਾਠ ਪੂਜਾ ਕਰਦਾ ਹੋਵੇ ਅਤੇ ਉਹਦੇ ਤੋਂ ਵੈਪਨ ਮਿਲਣਾ ਇਹਦੇ 'ਚ ਇੱਕ ਬੜੀ ਇਹਨੂੰ ਸੀਰੀਅਸ ਗੱਲ ਹੈ ਉਹਦੇ 'ਚ ਅਤੇ ਅਸੀਂ ਉਹਨੂੰ ਉਸੇ ਡੂੰਘਾਈ ਨਾਲ ਪੜਤਾਲ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਜਿਹੜੇ ਹੁਣ ਤੱਕ ਇਹਨਾਂ ਨੇ 6 ਵੈਪਨ ਦੱਸਿਆ ਹੋਰ ਕਿੰਨੇ ਵੈਪਨ ਆ ਜਿਹੜੇ ਇਹਨਾਂ ਨੇ ਅੱਗੇ ਦਿੱਤੇ ਸੀ ਉਹ ਵੀ ਅਸੀਂ ਉਹਨਾਂ ਆਦਮੀਆਂ ਨੂੰ ਵੀ ਪਕੜਾਂਗੇ ਅਤੇ ਉਹਨਾਂ ਤੋਂ ਵੈਪਨ ਵੀ ਰਿਕਵਰ ਕਰਾਂਗੇ ਨਹੀਂ ਇਹ ਗੱਲ ਆ ਉਹਦਾ 'ਚ ਬੇਸਿਕਲੀ ਇਹਨਾਂ ਦੇ ਜੋ ਮਾੜੇ ਕੰਮ ਕਰਨ ਦਾ ਕਿਸੇ ਵੀ ਮੰਦਰ ਨਾਲ ਜਾਂ ਮੰਦਰ ਕਮੇਟੀ ਨਾਲ ਕੋਈ ਸੰਬੰਧ ਨਹੀਂ ਗਾ ਇਹਨਾਂ ਦਾ ਨਿੱਜੀ ਤੌਰ 'ਤੇ ਆਪਦਾ ਇਹਨਾਂ ਦੀ ਆਪਦੀ ਸੋਚ ਸੀ ਆਪਦੀ ਜਰਾਇਮ ਪੇਸ਼ਾ ਸੋਚ ਸੀ ਇਹਨਾਂ ਦੇ ਵਿੱਚੋਂ ਜਿਹੜਾ ਫੜਿਆ ਜਿਹੜੇ ਪੰਡਿਤ ਜੀ ਭਗਵਾਨ ਹੈ ਜਿਹੜੇ ਉਹਦੇ ਵਿੱਚ ਉਹਦਾ ਨਾਂ ਹੈ ਭਗਵਾਨ ਦਾਸ ਹੈ ਉਹਦੇ 'ਤੇ ਪਹਿਲਾਂ ਵੀ ਇੱਕ 2000 ਉਹਦੇ ਵਿੱਚ ਉਹਨੂੰ 9 ਦੇ ਵਿੱਚ 2011 ਦੇ ਵਿੱਚ ਜਿਹੜਾ ਮਥੁਰਾ ਵਿਖੇ ਇੱਕ ਵੈਪ ਆਰਮ ਐਕਟ ਦਾ ਪਰਚਾ ਹੋ ਚੁੱਕਿਆ ਇਸ ਤੋਂ ਇਲਾਵਾ ਇਹਨਾਂ ਦੇ ਇੱਕ ਭਾਣਜੇ ਤੋਂ ਅਸੀਂ ਪਹਿਲਾਂ 2-3 ਸਾਲ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਵੈਪਨ ਰਿਕਵਰ ਹੋ ਚੁੱਕਿਆ ਬੇਸਿਕਲੀ ਇਹ ਕਹਿ ਸਕਦੇ ਹਾਂ ਵੀ ਇਹ ਕ੍ਰਿਮੀਨਲ ਪ੍ਰਵਿਰਤੀ ਦੇ ਆਦਮੀ ਸੀ ਅਤੇ ਇੱਥੇ ਸੰਗਰੂਰ ਦੇ ਵਿੱਚ ਲਿਆ ਕੇ ਜਿਹੜੇ ਵੈਪਨ ਦੇ ਰਹੇ ਸੀ ਇਸ ਤੋਂ ਇਲਾਵਾ ਅਸੀਂ ਇਹ ਪਤਾ ਕਰਨਾ ਵੀ ਹੋਰ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਵੈਪਨ ਦਿੱਤੇ ਨਹੀਂ ਇਹਦੇ ਵਿੱਚ ਜਿਹੜੀ ਹੁਣ ਤੱਕ ਇਹਨਾਂ ਦੇ ਵਿੱਚ ਆਇਆ ਬੜਾ ਕਲੀਅਰ ਕੱਟ ਇਹਨਾਂ ਨੇ ਜਿਹੜੀ ਭਜਨ ਇਹਨਾਂ ਨੂੰ ਪਾਠ ਅਤੇ ਉਹਦੇ ਵਿੱਚ ਇਹਨਾਂ ਨੂੰ ਮੂੰਹ ਜਵਾਨੀ ਯਾਦ ਹੈ ਜਿਹੜੇ ਕਿ ਰੈਗੂਲਰ ਪੰਡਿਤ ਸੀ ਅਤੇ ਇਹਨਾਂ ਦੀ ਆਪਦੀ ਲੋਕਾਂ ਦੇ ਵਿੱਚ ਡੋ ਫੇਸ ਇਹਨੂੰ ਕਹਿੰਦੇ ਆ ਜਿਵੇਂ ਡਿਫਰੈਂਟ ਮਾਸਕ ਲੈ ਕੇ ਇਹ ਚੱਲਦੇ ਸੀ ਇੱਕ ਤਾਂ ਉਹ ਧਾਰਮਿਕ ਚਿਹਰਾ ਸੀ ਜਿਹੜੇ ਲੋਕਾਂ ਦੀ ਜਿਹੜੀ ਆਸਥਾ ਅਤੇ ਮੰਦਰ 'ਚ ਪੂਜਾ ਕਰਦੇ ਸੀ ਦੂਜਾ ਚਿਹਰਾ ਉਹ ਸੀ ਜਿਹੜਾ ਵੈਪਨ ਲਿਆ ਕੇ ਇੱਥੇ ਦਿੰਦੇ ਸੀ 9 ਦੇ ਵਿੱਚ ਇੱਕ ਦਿੜਬੇ ਦੇ ਵਿੱਚੋਂ ਉਹਨੇ ਆਪਣੇ ਗੁਆਂਢ ਕੋਈ ਲੜਕੀ ਹੈ ਜਿਹੜੀ ਉਹਦੇ 'ਚ ਉਹਨੂੰ ਕੋਈ ਛੋਟੀ ਲੜਕੀ ਸੀ ਅਤੇ ਉਹਨੂੰ ਭਜਾ ਲਿਆ ਸੀ ਜਿਸ ਕਰਕੇ ਇਹਦੇ 'ਚ ਮੁਕੱਦਮਾ ਦਰਜ ਹੋਇਆ ਸੀ ਸ਼ਾਇਦ ਉਹ